ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਨੂੰ ਜਲੰਧਰ ਤੋਂ ਸੈਂਡ ਮਾਈਨਿੰਗ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਭੁਪਿੰਦਰ ਸਿੰਘ ਹਨੀ ਨੂੰ ਅੱਜ ਮੋਹਾਲੀ ਦੀ CBI ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਹਨੀ ਤੋਂ ED ਦੇ ਜਲੰਧਰ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਸੀ। ਉਹਨਾਂ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਤੋਂ 20 ਦਿਨ ਪਹਿਲਾਂ ED ਨੇ ਹਨੀ ਦੇ ਘਰਾਂ ਵਿੱਚ ਛਾਪੇਮਾਰੀ ਦੌਰਾਨ 10 ਕਰੋੜ ਦੀ ਨਕਦੀ, 21 ਲੱਖ ਰੁਪਏ ਦਾ ਸੋਨਾ ਅਤੇ 1,12,00,000 ਦੀ ਰੋਲੈਕਸ ਘੜੀ ਬਰਾਮਦ ਕੀਤੀ ਸੀ। ਉਧਰ ਇਸ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਚੰਨੀ ਸਣੇ ਅਰਵਿੰਦ ਕੇਜਰੀਵਾਲ ਅਤੇ ਬਿਕਰਮ ਮਜੀਠੀਆ ਨੇ ਆਪਣਾ ਪ੍ਰਤੀਕਰਮ ਦਿੱਤਾ। ਕਾਨੂੰਨ ਆਪਣਾ ਕੰਮ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਮੈਂ ਕਹਿ ਚੁੱਕਿਆ ਕਿ ਕਾਨੂੰਨ ਆਪਣਾ ਕੰਮ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ। ਚਰਨਜੀਤ ਸਿੰਘ ਕੇ ਜੋ ਭਤੀਜੇ ਹੈ ਉਨਕੋ ED ਨੇ ਕੱਲ ਅਰੈਸਟ ਕੀਆ ਹੈ, ਕਿ ਆਪਕੀ ਉਸਕੇ ਉਪਰ ਕਿਆ ਰਾਏ? ਉਨ੍ਹੋਂਨੇ 111 ਦਿਨ ਮੇਂ ਕਮਾਲ ਕਰਕੇ ਦਿਖਾ ਦਿਆ। ਲੋਗੋਂ ਕੋ ਚਾਰ ਚਾਰ ਪਾਂਚ ਪਾਂਚ ਸਾਲ ਲਗਤੇ ਹੈ ਕਰਪਸ਼ਨ ਕਰਨੇ ਮੇਂ, ਔਰ ਫਿਰ ਉਨ੍ਹੋਂਨੇ 111 ਦਿਨ ਕੇ ਅੰਦਰ ਹੀ ਇਤਨਾ ਕਮਾਲ ਕਰਕੇ ਦਿਖਾ ਦਿਆ, ਇਤਨਾ ਕਰਪਸ਼ਨ ਕੀਆ, ਇਤਨਾ ਕਰਪਸ਼ਨ ਕੀਆ ਹੈ। ਬਹੁਤ ਅਨਫਾਰਚੁਨੇਟ ਹੈ, ਲੋਕ ਦੇਖ ਰਹੇ ਹੈ, ਇਸੀ ਲਈ ਲੋਗੋਂ ਕੋ ਇੱਕ ਇਮਾਨਦਾਰ ਸਰਕਾਰ ਚਾਹੀਏ। ਕੋ ਮੈਨੇ ਪਹਿਲੇ ਯੇ ਬਾਤ ਸਭ ਕੇ ਆਗੇ ਰੱਖੀ ਥੀ ਕਿ ਤੀਨ ਲੋਗੋਂ ਕੀ ਕਹਾਨੀ ਆਈਏ, ਚਨੀ, ਹਨੀ ਔਰ ਮਨੀ। ਮਨੀ ਪਹਿਲੇ ਪਕੜਾ ਗਿਆ, ਅਬ ਹਨੀ ਪਕੜਾ ਗਿਆ, ਅਬ ਚੰਨੀ ਕੀ ਬਾਰੀ ਹੈ। ਵੋ ਜੋ ਪੈਸੇ ਕਮਾ ਰਹਾ ਥਾ ਯਾ ਸੰਭਾਲ ਰਹਾ ਹੈ, ਜੋ ਰਿਕਵਰੀ ਹੋਈ ਹੈ, ਵੋ ਸਾਰੇ ਪੈਸੇ ਚੰਨੀ ਕੇ ਹੈ, ਵੋ ਹਨੀ ਕੇ ਪੈਸੇ ਨਹੀਂ ਹੈ। ਹਨੀ ਤੋ ਇੱਕ ਉਸਕਾ ਇੱਕ ਤਰੀਕੇ ਦਾ ਟ੍ਰੈਜਰਰ ਹੈ, ਖਜਾਨਚੀ ਹੈ, ਔਰ ਯੇ ਸਾਰੇ ਪੈਸੇ ਇਲੀਗਲ ਗੋਟਨ ਵੈਲਥ ਹੈ। ਯੇ ਸਾਰੇ ਪੈਸੇ ਪੰਜਾਬ ਕੇ ਲੋਗੋ ਕੇ ਖਜਾਨੇ ਕੀ ਲੂਟ ਹੈ, ਔਰ ਇਸ ਬਾਤ ਕੋ ਹਮਨੇ ਆਲਰੇਡੀ ਇੱਕ ਵੀਡੀਓ ਰਾਹੀਂ ਕੈਸੇ ਪੈਸੇ ਕਮਾਏ ਜਾ ਰਹੇ ਥੇ, ਇਲੀਗਲ ਮਾਈਨਿੰਗ, ਸ਼ਰਾਬ ਮਾਫੀਆ, ਔਰ ਸਬਸੇ ਬੜੀ ਬਾਤ ਹੈ ਭੂ ਮਾਫੀਆ। ਕੈਸੇ CLU ਕਰਾਏ ਗਏ ਹੈ, ਕੈਸੇ ਖਜ਼ਾਨੇ ਕੀ EDC ਐਕਸਟਰਨਲ ਡਿਵੈਲਪਮੈਂਟ ਚਾਰਜਿਸ ਕੀ ਜੋ ਰਿਕਵਰੀ ਸੀ ਉਸਕੀ ਧਜੀਆਂ ਉਡਾਈ ਗਈ ਹੈ। ਇਸ ਲਈ ਬਹੁਤ ਬੜਾ ਘਪਲਾ ਹੈ। 3 ਮਹੀਨੇ ਮੇਂ, ਮੈਂ ਬਾਰ ਬਾਰ ਰਿਪੀਟ ਕਰ ਰਹਾ ਹੂੰ, 3 ਮਹੀਨੇ ਮੇਂ ਚੰਨੀ ਸਾਹਿਬ ਨੇ ਸਿਰਫ ਔਰ ਸਿਰਫ ਚੰਨੀ, ਹਨੀ ਔਰ ਮਨੀ ਇਕੱਠੇ ਹੋਏ ਹੈ, ਲੋਗੋਂ ਕਾ ਕੋਈ ਫਾਇਦਾ ਨਹੀਂ ਹੋਇਆ।